ਵਾਹਿਗੁਰੂ ਆ ਪੀ ਜੀ ਆਈ 'ਚ ਦਵਾਈਆਂ ਦੀ ਸੇਵਾ ਲਗਾਤਾਰ ਚੱਲਦੀ ਹੈ ਸੰਗਤ ਦੇ ਸਹਿਯੋਗ ਨਾਲ। ਫੈਸਟੀਵਲ ਦਾ ਮੰਥ ਹੈ ਨਾ, ਨਵਰਾਤਰੇ ਚੱਲ ਰਹੇ, ਦਿਵਾਲੀ ਹੈ, ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਉਤਸਵ ਹੈ, ਸਾਡੇ ਉੱਪਰ ਹੈ। ਅਸੀਂ ਆਪਣੇ ਤਿਉਹਾਰ, ਅਸੀਂ ਆਪਣੇ ਫੈਸਟੀਵਲ ਕਿਸ ਸਪਿਰਿਟ ਦੇ ਵਿੱਚ ਮਨਾਉਂਦੇ ਹਾਂ, ਇਹ ਸਾਡੇ ਵਿੱਚ ਹੈ, ਉੱਪਰ ਹੈ। ਬਹੁਤ ਸਾਰੇ ਪੇਸ਼ੈਂਟਸ ਕੋਲ ਦਵਾਈਆਂ ਦੇ ਬਿਲਕੁਲ ਪੈਸੇ ਨਹੀਂ ਬਚਦੇ, ਹੈ ਨਾ, 200-200 ਰੁਪਏ ਦੀ, 100-100 ਰੁਪਏ ਦੀ, 500-500 ਰੁਪਏ ਦੀ ਮੈਡੀਸਨਸ ਹੁੰਦੀਆਂ, ਬਟ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਕਿ ਜ਼ਿਆਦਾ ਖਰਾਬ ਹੋ ਜਾਂਦੀ ਹੈ, ਉਹ ਪਰਚੇਜ਼ ਨਹੀਂ ਕਰ ਪਾਉਂਦੇ। ਦਵਾਈਆਂ ਦੀ ਸੇਵਾ ਲਗਾਤਾਰ ਚੱਲ ਰਹੀ ਹੈ। ਜੇ ਤੁਸੀਂ ਟਰਾਈ ਸਿਟੀ ਤੋਂ ਬਿਲੋਂਗ ਕਰਦੇ ਹੋ, ਚੰਡੀਗੜ੍ਹ ਮੋਹਾਲੀ ਪੰਚਕੁਲਾ ਤੋਂ, ਤੁਹਾਨੂੰ ਬੇਨਤੀਆਂ ਰਹਿੰਦੀਆਂ, ਹਰੇਕ ਮੰਗਲਵਾਰ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਪੀ ਜੀ ਆਈ ਐਮਰਜੈਂਸੀ ਗੇਟ ਨੰਬਰ 1 'ਤੇ ਲੰਗਰ ਚੱਲਦੇ ਹੈ, ਔਰ ਸ਼ਾਮ ਨੂੰ 6 ਵਜੇ ਪੀ ਜੀ ਆਈ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਦਵਾਈਆਂ ਵੰਡੀਆਂ ਜਾਂਦੀਆਂ। ਤੁਹਾਨੂੰ ਬੇਨਤੀਆਂ ਰਹਿੰਦੀਆਂ ਨੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੋਕਾਂ ਤੱਕ ਪਹੁੰਚਾਓ, ਤਾਂ ਕਿ ਇਹ ਨਾ ਪੇਸ਼ੈਂਟਸ ਤੱਕ ਪਹੁੰਚਾਓ ਪੀ ਜੀ ਆਈ 'ਚ, ਜੋ ਕਿ ਦਵਾਈਆਂ ਦੇ ਸੇਵਾ ਦਾ ਲਾਭ ਉਠਾ ਸਕਣ। ਸ਼ਾਮ ਦਾ 6 ਵਜੇ ਦਾ ਵੇਲਾ ਬਣਿਆ ਹੋਇਆ, ਇਸ ਦੇ ਨਾਲ ਨਾਲ ਕੰਬਲਾਂ ਦੀ ਸੇਵਾ ਵੀ ਚੱਲ ਰਹੀ ਹੈ। ਵਾਹਿਗੁਰੂ, ਸਵੇਰੇ 20 ਕੰਬਲਾਂ ਦੀ ਸੇਵਾ ਹੋ ਚੁੱਕੀ, ਬਟ ਪੇਸ਼ੈਂਟ ਜਦ ਐਕਸੀਡੈਂਟ ਹੁੰਦਾ ਆਪਣੇ ਪਰਿਜਨਾਂ ਨਾਲ ਇੱਕਦਮ ਆ ਜਾਂਦੇ ਹੈ, ਔਰ ਉਹਨਾਂ ਕੋਲ ਕੰਬਲ ਔਰ ਬੜੇ ਗਰਮ ਕੱਪੜੇ ਨਹੀਂ ਹੁੰਦੇ, ਬੜੀ ਪਰੇਸ਼ਾਨੀ ਹੁੰਦੀ। ਸ਼ਾਮ ਨੂੰ ਛੋਟੇ ਛੋਟੇ ਬੱਚੇ ਹੁੰਦੇ ਹੈ, ਉਹ ਸੰਗਤ ਨੂੰ ਹਮੇਸ਼ਾ ਬੇਨਤੀਆਂ ਕਰਦੇ ਹਾਂ ਕਿ ਕੰਬਲਾਂ ਦੀ ਸੇਵਾ ਇਸ ਟਾਈਮ ਬਹੁਤ ਜ਼ਰੂਰੀ ਚੱਲ ਰਹੀ ਹੈ ਨਾਲ ਨਾਲ। ਭਾਅ ਜੀ, ਕਿੰਨੇ ਟਾਈਮ ਤੋਂ ਤੁਹਾਡੀ ਦਵਾਈਆਂ ਸੇਵਾ ਚੱਲ ਰਹੀ ਹੈ? ਇਹਨਾਂ ਦੀ ਬਾਈ ਜੀ 2009 ਤੋਂ ਹੀ ਚੱਲ ਰਹੀ ਹੈ ਵੀਰ ਜੀ। ਅੱਛਾ, ਕਿਸ ਚੀਜ਼ ਦੀ ਬਿਮਾਰੀ ਇਹਨਾਂ ਨੂੰ? ਇਹਨਾਂ ਨੂੰ ਹਾਰਟ ਦੀ ਵੀ, ਡਾਈਟੋਰ ਵੀ ਚੱਲਦੀ ਇਹਨਾਂ ਦੀ ਵਿੱਚ। ਅੱਛਾ, ਪਿਸ਼ਾਬ ਦੀ ਵੀ ਪ੍ਰੋਬਲਮ। 2009 ਤੋਂ ਇਹ ਆਪਣੇ ਆਪ ਨਹੀਂ ਲੈ ਪਾ ਰਹੇ? ਨਹੀਂ ਲੈ ਪਾ। ਕੀ ਹੋ ਗਿਆ ਭਾਅ ਜੀ? ਫੇਰ ਹੀ ਲੈਂਦੇ ਸਰ ਜੀ, ਇੱਕ ਟਾਈਮ ਨਹੀਂ ਪੈਸੇ ਹੋਏ, ਇੱਕ ਟਾਈਮ ਨਹੀਂ ਪਹੁੰਚਦੇ। ਸਰ, ਬਹੁਤ ਪੁਰਾਣੇ ਪੇਸ਼ੈਂਟ ਆ ਇਹ, ਇੱਥੇ ਦੇ ਇਹਨਾਂ ਦੇ ਨਾਲ ਹੋਰ ਵੀ ਹੁੰਦੇ, ਬਹੁਤ ਪੁਰਾਣੇ ਪੇਸ਼ੈਂਟ ਆ ਇਹ। ਸੰਗਤ ਜੀ, ਪੀ ਜੀ ਆਈ ਲਗਾਤਾਰ ਹਰੇਕ ਮੰਗਲਵਾਰ ਸੇਵਾ ਸਹਿਯੋਗ ਚੱਲਦਾ ਹੈ, ਔਰ ਸ਼ਾਮ ਨੂੰ 6 ਵਜੇ ਪੀ ਜੀ ਆਈ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਦਵਾਈਆਂ ਵੰਡੀਆਂ ਜਾਂਦੀਆਂ। ਤੁਹਾਨੂੰ ਬੇਨਤੀਆਂ ਰਹਿੰਦੀਆਂ ਨੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੋਕਾਂ ਤੱਕ ਪਹੁੰਚਾਓ, ਤਾਂ ਕਿ ਇਹ ਨਾ ਪੇਸ਼ੈਂਟਸ ਤੱਕ ਪਹੁੰਚਾਓ ਪੀ ਜੀ ਆਈ 'ਚ, ਜੋ ਕਿ ਦਵਾਈਆਂ ਦੇ